ਕੱਲ ਯਾਨਕੀ 23 ਮਾਰਚ ਨੂੰ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਦਾਰੇ ਰੈਂਕੇ ਬੰਦ ਜੀ ਹਾਂ ਯੂਟੀ ਪ੍ਰਸ਼ਾਸਨ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਕੋਈ ਵੀ ਸਰਕਾਰੀ ਅਦਾਰਾ ਜਿਹੜਾ ਹੈ 23 ਮਾਰਚ ਦੇ ਦਿਨ ਖੁੱਲਾ ਨਜ਼ਰ ਨਹੀਂ ਆਏਗਾ ਹਰ ਅਦਾਰਾ ਜੋ ਸਰਕਾਰ ਦੇ ਨਾਲ ਸੰਬੰਧ ਰੱਖਦਾ ਹੈ ਜੋ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਉਹ ਹਰ ਜੋ ਅਧਿਕਾਰਾ ਹੈ ਜਾਂ ਕਹਿ ਲੋ ਕਿ ਹਰ ਜਗ੍ਹਾ ਸਰਕਾਰੀ ਦਫ਼ਤਰ ਸਰਕਾਰੀ ਕੋਈ ਇੰਸਟੀਚਿਊਟ ਹੋਵੇ ਸਰਕਾਰੀ ਸਕੂਲ ਹੋਣ ਉਹ ਸਾਰੇ ਹੀ ਸਕੂਲ ਜੋ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਆ ਸਾਰੇ ਹੀ 23 ਮਾਰਚ ਵਾਲੇ ਦਿਨ ਜਿਹੜੇ ਨੇ ਬੰਦ ਰਹਿਣਗੇ ਜੀ ਹਾਂ 23 ਮਾਰਚ ਦੇ ਦਿਨ ਸਰਕਾਰੀ ادارے ਜੋ ਚੰਡੀਗੜ੍ਹ ਦੇ ਵਿੱਚ ਨੇ ਸਾਰੇ ਦੇ ਸਾਰੇ ਹੀ ਬੰਦ ਰਹਿਣਗੇ ਆਖਿਰਕਾਰ ਕਿਉਂ 23 ਮਾਰਚ ਦੇ ਦਿਨ ਸਰਕਾਰੀ ਅਦਾਰਿਆਂ ਦੀ ਛੁੱਟੀ ਕਰ ਦਿੱਤੀ ਕੀ ਹੈ ਕੀ ਕਾਰਨ ਪੂਰੇ ਵਿਸਤਾਰ ਦੇ ਨਾਲ ਤੁਹਾਨੂੰ ਡਿਟੇਲ ਦਵਾਂਗੇ ਜੀ ਹਾਂ 23 ਮਾਰਚ 1931 ਦਾ ਦਿਨ ਸ਼ਾਇਦ ਇਹ ਦਿਨ ਅੱਜ ਤੱਕ ਵੀ ਹਰ ਕੋਈ ਨਹੀਂ ਭੁੱਲ ਪਾਇਆ ਕੋਈ ਹੀ ਹੋਵੇਗਾ ਅਵਲ ਲਾਰਜੈਸਟ ਨੂੰ ਇਸ ਦਿਨ ਦਾ ਇਤਿਹਾਸ ਨਹੀਂ ਪਤਾ ਇਸ ਦਿਨ ਦੇਸ਼ ਭਾਰਤ ਦੇ ਤਿੰਨ ਸੂਰਬੀਰ ਕਹਿ ਲੋ ਜਾਂ ਕਹਿ ਲੋ ਕਿ ਤਿੰਨ ਉਹ ਯੋਧੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਅਹਿਮ ਰੋਲ ਦਿੱਤਾ ਸੀ ਇਹਨਾਂ ਤਿੰਨਾਂ ਯੋਧਿਆਂ ਨੂੰ ਫਾਂਸੀ ਦਿੱਤੀ ਗਈ ਸੀ ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ਜੀ ਹਾਂ 23 ਮਾਰਚ 1931 ਦੇ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਆਰਡਰ ਦਿੱਤੇ ਗਏ ਸੀ ਫਾਂਸੀ ਦੇ ਆਰਡਰ ਹੀ ਨਹੀਂ ਫਾਂਸੀ ਜਿਹੜੀ ਹੈ ਦੇ ਦਿੱਤੀ ਗਈ ਸੀ ਤੇ ਇਹ ਕਾਲਾ ਦਿਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਛਾਪ ਗਿਆ ਕਿਉਂਕਿ ਇਸ ਦਿਨ ਨੂੰ ਕਦੇ ਵੀ ਕੋਈ ਵੀ ਭੁੱਲ ਨਹੀਂ ਸਕਦਾ 23 ਮਾਰਚ 1931 ਦਾ ਦਿਨ ਹਰ ਕਿਸੇ ਨੂੰ ਹੀ ਯਾਦ ਆ ਜਾਂਦਾ ਹੈ ਆਜ਼ਾਦੀ ਦੇ ਦਿਨ ਯਾਦ ਆ ਜਾਂਦੇ ਆ ਬ੍ਰਿਟਿਸ਼ ਸਰਕਾਰ ਦੇ ਵੱਲੋਂ ਢਾਈਆਂ ਗਈਆਂ ਤਸ਼ੱਦਦਾਂ ਯਾਦ ਆ ਜਾਂਦੀਆਂ ਕਿਸ ਤਰੀਕੇ ਦੇ ਨਾਲ ਸੂਰਮਿਆਂ ਨੂੰ ਫਾਂਸੀ ਦਿੱਤੀ ਗਈ ਸੀ ਉਹ ਦਿਨ ਯਾਦ ਆ ਜਾਂਦਾ ਦੱਸ ਜੀਏ ਕਿ ਯੂਟੀ ਪ੍ਰਸ਼ਾਸਨ ਦੇ ਵੱਲੋਂ ਵੱਡੇ ਹੁਕਮ ਜਾਰੀ ਕੀਤੇ ਗਏ ਯੂਟੀ ਗ੍ਰੈਂਸ ਕਤਰ ਦੇ ਜੋ ਗ੍ਰੈਂਸ ਕਤਰ ਨਿਤਿਨ ਯਾਦਵ ਨੇ ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਚੰਡੀਗੜ੍ਹ ਦੇ ਸਾਰੇ ਹੀ ਸਰਕਾਰੀ ਅਦਾਰੇ ਜੋ ਸਰਕਾਰ ਦੇ ਖੇਤਰ ਦੇ ਵਿੱਚ ਆਉਂਦੇ ਆ ਜੋ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਆ ਸਾਰੇ ਹੀ ਅਦਾਰੇ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ 23 ਮਾਰਚ 2023 ਵਾਲੇ ਦਿਨ ਬੰਦ ਰਹਿਣਗੇ ਜੇਕਰ ਤੁਸੀਂ ਤੁਹਾਡਾ ਕੋਈ ਬੈਂਕਾਂ ਦਾ ਕੋਈ ਜ਼ਰੂਰੀ ਕੰਮ ਹੈ ਜਾਂ ਕਿਸੇ ਹੋਰ ਪ੍ਰਕਾਰ ਦਾ ਤੁਹਾਡਾ ਕੋਈ ਜ਼ਰੂਰੀ ਕੰਮ ਹੈ ਤਾਂ ਤੁਸੀਂ ਅੱਜ ਹੀ ਨਪਟਾ ਲਿਓ ਕਿਉਂਕਿ ਕੱਲ ਪੂਰਾ ਦਿਨ ਬੈਂਕਾਂ ਦੇ ਵਿੱਚ ਸਰਕਾਰੀ ਅਦਾਰਿਆਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਸਰਕਾਰੀ ਕਾਰਪੋਰੇਸ਼ਨਾਂ ਘਰਾਣੇ ਜਿਹੜੇ ਨੇ ਯਾ ਕਹਿ ਲੋ ਕਿ ਸਰਕਾਰੀ ਹਰ ਅਦਾਰੇ ਦੇ ਵਿੱਚ ਕੱਲ ਦਾ ਦਿਨ ਯਾਨੀ ਕਿ 23 ਮਾਰਚ 2023 ਦੇ ਦਿਨ ਮੁਕੰਮਲ ਤੌਰ ਦੇ ਉੱਤੇ ਛੁੱਟੀ ਰਹਿ ਕੀਤਾ ਦੱਸ ਦਈਏ ਕਿ ਸ਼ਹੀਦ ਭਗਤ ਸਿੰਘ ਦੇਸ਼ ਦੇ ਉਹ ਸੂਰਮੇ ਸੀ ਜਿਨ੍ਹਾਂ ਨੇ ਬਹੁਤ ਹੀ ਛੋਟੀ ਜਿਹੀ ਉਮਰ ਦੇ ਵਿੱਚ ਦੇਸ਼ ਦੀ ਆਜ਼ਾਦੀ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ ਅਤੇ ਬਹੁਤ ਹੀ ਪਿਆਰ ਦੇ ਨਾਲ ਫਾਂਸੀ ਦਾ ਫੰਦਾ ਜਿਹੜਾ ਚੁੰਮ ਲਿਆ ਤੇ ਦੇਸ਼ ਵਾਸਤੇ ਆਪਣੀ ਜਾਨ ਦੇ ਦਿੱਤੀ ਦੇਸ਼ ਵਾਸਤੇ ਸ਼ਹੀਦੀ ਜਿਹੜੀ ਹੈ ਪਾਲਈ ਜਿਸ ਤੋਂ ਬਾਅਦ ਅੱਜ ਦੇਸ਼ ਆਜ਼ਾਦ ਹੈ ਤੇ ਦੇਸ਼ ਆਪਣਾ ਕਿਹ ਲੋਕ ਕਿ ਬਿਲਕੁਲ ਆਜ਼ਾਦੀ ਦੇ ਨਾਲ ਦੇਸ਼ ਜੜਾਏ ਜੀ ਰਹੇ ਇਸ ਕਰਕੇ 23 ਮਾਰਚ ਦੇ ਦਿਨ ਨੂੰ ਬਹੁਤ ਹੀ ਖਾਸ ਮਹੱਤਵ ਦਿੱਤਾ ਜਾਂਦਾ ਕਿਉਂਕਿ ਇਸ ਦਿਨ ਸਾਡੇ ਸੂਰਬੀਰ ਸਾਡੇ ਯੋਧੇ ਜਿਹੜੇ ਐ ਇਸ ਫਾਨੀ ਸੰਸਾਰ ਤੋਂ ਚਲੇ ਜਾਂਦੇ ਨੇ ਸ਼ਹੀਦ ਹੋ ਜਾਂਦੇ ਐ ਫਾਂਸੀ ਦੇ ਫੰਦੇ ਨੂੰ ਚੁੰਮ ਲੈਂਦੇ ਐ ਤੇ ਬਾਕੀ ਦੇਸ਼ ਨੂੰ ਆਜ਼ਾਦ ਕਰਵਾ ਜਾਂਦੇ ਐ ਤਾਂ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ 23 ਮਾਰਚ 2023 ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਯੂਟੀ ਪ੍ਰਸ਼ਾਸਨ ਦੇ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਸਾਰੇ ਹੀ ਸਰਕਾਰੀ ਅਦਾਰੇ ਜਿਹੜੇ ਨੇ ਬੰਦ ਰਹਿਣਗੇ